ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਚੱਕਦੇ ਹੋਏ ਅੱਜ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ ਦਿੱਲੀ ਨੇ ਸਰਦਾਰ ਸੁਖਦੇਵ ਸਿੰਘ ਢੀਂਸਾ ਦੇਕਰ ਆਪਣੀ ਸ਼ਿਰਕਤ ਕੀਤੀ ਤੇ ਨਾਲ ਹੀ ਉਨ੍ਹਾਂ ਨੂੰ ਇੱਕ ਮੈਮੋਰੈਂਡਮ ਦੇ ਰਾਹੀਂ ਬੇਨਤੀ ਕੀਤੀ ਕਿ ਛੇਤੀ ਤੋਂ ਛੇਤੀ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਚੱਕਿਆ ਜਾਵੇ ਤਾ ਜੋ ਛੇਤੀ ਤੋਂ ਛੇਤੀ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਆਪ ਜੀ ਨੂੰ ਸੁਨਾਨੀ ਹੈ ਕਿ ਪੂਰਵ ਐਮ.ਐਲ.ਏ ਰਹੇ ਸਰਦਾਰ ਅਵਤਾਰ ਸਿੰਘ ਕਾਲਕਾ ਨੇ ਇਸ ਮੌਕੇ ਤੇ ਕੀ ਕੁਝ ਕਿਹਾ ਅਸੀਂ ਤਾਂ ਖੁੱਲ ਕੇ ਗੱਲ ਕਰ ਰਹੇ ਹਾਂ ਅਸੀਂ ਤਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਇਹਨਾਂ ਦੇ ਜਿਹੜਾ ਤੁਸੀਂ ਫਾਈਲ ਤੇ ਸੈਂਡ ਕਰੋ ਕਿਉਂਕਿ ਅੱਜ 5.5 ਸਾਲਾਂ ਦਾ ਜੋ ਨੋਟੀਫਿਕੇਸ਼ਨ ਹੋਇਆ ਸੀਗਾ ਵਿਹਜਾ ਤੇ ਇਹਨਾਂ ਦਾ ਆਪਣਾ ਫਰਜ਼ ਬਣਦਾ ਸੀ ਵੀ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਪਰ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਕੋਈ ਮਨਚਾ ਚਿੱਤ ਚਿੱਤ ਜ ਹੈਗਾ ਕਿ ਵੇ ਸਿੱਖਾਂ ਨੂੰ ਰਿਹਾ ਕਰਨਾ ਚਾਹੀਦਾ ਅੱਜ ਸਿੱਖਾਂ ਦੇ ਕੋਲ ਵੋਟਾਂ ਦੇ ਮੰਗਦੇ ਨੇ ਬਾਰੇ ਜਿਹੜੇ ਕੰਮ ਕਰਨੇ ਨੇ ਜਿਹੜੇ 2 ਸਾਲ ਆਪਣੇ ਬੱਚੇ ਆਪਣੇ ਪੇਰੈਂਟਸ ਨੂੰ ਜਾ ਕੇ ਪਹਿਲਾਂ ਮਿਲ ਸਕਦੇ ਸੀ ਆਪਣਾ ਗੁਰੂ ਤਾਮਨ ਦਰਸ਼ਨ ਕਰ ਸਕਦੇ ਸੀਗੇ ਉਹ ਇਹਨਾਂ ਨੂੰ ਪਹਿਲਾਂ ਕਰਨਾ ਚਾਹੀਦਾ ਸੀ ਸਰਕਾਰਾਂ ਨੂੰ ਇਸ ਸੁਚੇਤ ਰਹਿਣਾ ਚਾਹੀਦਾ ਕਿ ਜਦ ਨੋਟੀਫਿਕੇਸ਼ਨ ਸੈਂਟਰ ਸਰਕਾਰ ਨੇ ਕਰਤਾ ਸੀਗਾ ਸਾਢੇ 50 ਸਾਲਾਂ ਤੱਕ ਕਿਉਂ ਨਹੀਂ ਹੋਇਆ ਇਹ ਸਰਕਾਰ ਚ ਹੋਣਾ ਨਾ ਹੋਣਾ ਇੱਕ ਸਾਡਾ ਆਪਣਾ ਫਰਜ਼ ਆ ਜੇ ਅਸੀਂ ਕੌਮ ਦਾ ਕੌਮ ਦਾ ਕੰਮ ਨਹੀਂ ਕਰ ਸਕਦੇ ਆਪਣੀ ਦਾ ਆਪਣੇ ਪੰਜਾਬ ਦਾ ਖਾਂ ਪੰਜਾਬੀ ਦਾ ਕੰਮ ਨਹੀਂ ਕਰ ਸਕਦੇ ਫਿਰ ਦੇਸ਼ ਦਾ ਕੰਮ ਵੀ ਅਸੀਂ ਨਹੀਂ ਕਰ ਸਕਦੇ ਪਹਿਲਾਂ ਸਾਡਾ ਫਰਜ਼ ਬਣਦਾ ਕਿ ਆਪਣੇ ਛੜੀ ਸਾਡੇ ਕੌਮ ਦੇ ਕੰਮ ਨੇ ਅਸੀਂ ਉਹ ਵੀ ਡਟ ਕੇ ਕੰਮ ਕਰਾਣੇ ਨੇ ਜੈਸਾ ਤੇ ਆਪਣਾ ਸਿਆਸੀ ਸਿੱਖ ਦਿੱਲੀ ਰਿਹਾਈ ਮੋਰਚਾ ਜੋ ਬਣਾਇਆ ਸੀ ਉਹਨਾਂ ਸੀ ਤਤਪਰ ਰਵਾਂਗੇ ਜਦ ਤੱਕ ਖੜਾ ਨਹੀਂ ਛੱਡਾਂਗੇ ਇਹਨਾਂ ਦਾ ਆਪਾਂ ਜਦ ਤੱਕ ਸਾਡੇ ਸਿੰਘ ਆਪਣਾ ਰਿਹਾ ਨਹੀਂ ਹੁੰਦੇ ਕਿਉਂਕਿ ਜਿਹੜਾ ਸੰਵਿਧਾਨ ਸਾਡਾ ਕਹਿੰਦਾ ਕਿ ਉਹਨੂੰ ਰਿਹਾ ਕਰੋ ਤਾਂ ਕਿਉਂ ਨਹੀਂ ਰਿਹਾ ਕਰ ਰਹੇ ਅੱਜ ਜੇ ਪੰਜਾਬ ਚ ਲੋਕੀ ਗੱਲ ਕਰ ਰਹੇ ਨੇ ਇਹਨੂੰ ਫਿਰ ਵੀ ਇਹਨਾਂ ਦੇ ਕੋਲ ਮੈਸੇਜ ਆ ਇਹਨਾਂ ਕੋਈ ਫਾਈਲ ਗਈ ਹੋਈ ਹੈ ਇਹਨਾਂ ਫਾਈਲ ਆਪਣੇ ਦਬਕੇ ਰੱਖੀ ਹੋਈ ਹੈ ਕਿਉਂ ਦਬਕੇ ਰੱਖੀ ਹੋਈ ਹੈ ਮਤਲਬ ਸਿੱਖਾਂ ਨਾਲ ਹੀ ਕਿਉਂ ਅਨਿਆਏ ਹੁੰਦਾ ਹਮੇਸ਼ਾ ਜਿਹੜੇ ਪੰਥ ਵਾਸਤੇ ਚੜ੍ਹਦੀ ਕਲਾ 'ਚ ਕਾਰਜ ਕਰਦੇ ਨੇ ਹਮੇਸ਼ਾ ਆਪਣੇ ਸਿਰ ਧੜ ਦੀ ਬਾਜੀ ਲਾ ਕੇ ਇਸ ਦੇਸ਼ ਦੀ ਰੱਖਿਆ ਕਰਦੇ ਨੇ ਉਹਨਾਂ ਦੇ ਨਾਲ ਅਨਿਆਏ ਕਿਉਂ ਹੈ ਇਹ ਇਹਨਾਂ ਨੂੰ ਸਮਝਣਾ ਚਾਹੀਦਾ ਐ ਐਸਆਈਟੀ ਤੁਸੀਂ ਕਮੇਟੀਆਂ ਬਣਾਉਂਦੇ ਹੋ ਚਲਾਸੀ ਦਰਿਆ ਦੀ ਤੁਸੀਂ ਗੱਲ ਕਰਦੇ ਹੋ ਹੋਰ ਬੜੀਆਂ ਗੱਲਾਂ ਨੇ ਪਰ ਕਿਤੇ ਖਰੇ ਤਾਂ ਉੱਤਰ ਦੇ ਨਹੀਂ ਸਿਰਫ ਇੱਕ ਸਿਆਸਤ ਵਰਤਦੇ ਨੇ ਆਪਣੇ ਵੋਟਾਂ ਕਿੱਦਾਂ ਲੈਣੀਆਂ ਨੇ ਪਰ ਹੁਣ ਜੋ ਮੌਕਾ ਹੈਗਾ ਤੇ ਤੁਹਾਨੂੰ ਇਹ ਕੰਮ ਕਰਕੇ ਦੱਸਣਾ ਚਾਹੀਦਾ ਤੁਸੀਂ ਪੰਜਾਬ 'ਚ ਵੋਟਾਂ ਮੰਗ ਰਹੇ ਹੋ ਤੇ ਇਸ ਵਕਤ ਇਹਨਾਂ ਨੂੰ ਜਿਹੜੀ ਫਾਈਲ ਦੱਬੀ ਉਹਨੂੰ ਕੱਢ ਕੇ ਤੇ ਬਾਹਰ ਆਪਣਾ ਹਵਾਰਾ ਜੀ ਆਪਾ ਦਵਿੰਦਰ ਪਾਲ ਪਾਲਪੁਰ ਲਾਲ ਜੀ ਨੂੰ ਉਹਨਾਂ ਦੇ ਘਰ ਜਾਣ ਦੀ ਯਾਤਰੀ ਚ ਜਾਵੇ ਇਹ ਸਰਕਾਰ ਨੂੰ ਚਾਹੀਦਾ ਤੇ ਆਪਣਾ ਸੈਂਟਰ ਦੀ ਸਰਕਾਰ ਦਾ ਧੰਨਵਾਦ ਕਰਦੇ ਆਂ ਵੀ ਸ਼ਾਇਦ ਆ ਕਿ ਜਿਨ੍ਹਾਂ ਨੇ ਨੋਟੀਫਿਕੇਸ਼ਨ ਕੱਢਿਆ ਸੀਗਾ ਪਰ ਇਹ